ਕੈਨੇਡਾ ਦੀ ਰਿਫਿਊਜ਼ਲ ਦੇ ਸਭ ਤੋਂ ਵੱਡੇ ਕਾਰਨ ਕੀ ਨੇ ਸਟੂਡੈਂਟਸ ਮੈਨੂੰ ਵਾਰ-ਵਾਰ ਸਵਾਲ ਪੁੱਛਦੇ ਨੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਇਹਨਾਂ ਸਵਾਲਾਂ ਦਾ ਮੈਂ ਜਵਾਬ ਦੇਵਾਂਗਾ ਕਿਉਂ ਕੈਨੇਡਾ ਤੋਂ ਸਟੂਡੈਂਟਸ ਵਾਰ-ਵਾਰ ਰਿਫਿਊਜ਼ ਹੋ ਜਾ ਰਹੇ ਨੇ ਕਈ ਵਾਰ ਕਹਿੰਦੇ ਨੇ ਕਿ ਸਾਡੇ ਬੈਂਡ ਸਕੋਰ ਬਹੁਤ ਵਧੀਆ ਨੇ ਸਾਡੀ ਪ੍ਰੋਫਾਈਲ ਠੀਕ ਹੈ ਪਰ ਫਿਰ ਵੀ ਸਾਡਾ ਵੀਜ਼ਾ ਰਿਫਿਊਜ਼ ਕਿਉਂ ਹੋ ਗਿਆ ਅੱਜ ਇਸ ਬਾਰੇ ਗੱਲ ਕਰਾਂਗੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਦਿਆ ਕਰੋ ਕਿਉਂਕਿ ਅਸੀਂ ਤੁਹਾਡੇ ਲਈ ਇਹੋ ਜਿਹੀਆਂ ਖਾਸ ਵੀਡੀਓਜ਼ ਖਾਸ ਪ੍ਰੋਗਰਾਮਸ ਲੈ ਕੇ ਆਉਂਦੇ ਰਹਿੰਦੇ ਹਾਂ ਕੈਨੇਡਾ ਸਟੂਡੈਂਟ ਵੀਜ਼ਾ ਦੇ ਉੱਪਰ ਆਈਐਸਡੀ ਦੇ ਉੱਪਰ ਅਤੇ ਹੋਰ ਕੰਟਰੀਜ਼ ਬਾਰੇ ਵੀ ਤੁਹਾਨੂੰ ਜਾਣਕਾਰੀ ਦਿੰਨੇ ਰਹਿੰਦੇ ਹਾਂ ਕੈਨੇਡਾ ਇੱਕ ਇਹੋ ਜਿਹੀ ਕੰਟਰੀ ਜੋ ਤਿੰਨ ਚੀਜ਼ਾਂ ਉੱਪਰ ਤੁਹਾਡੀ ਪ੍ਰੋਫਾਈਲ ਨੂੰ ਏਵੈਲ ਇੱਕ ਐਹੂ ਜੀ ਕੰਟਰੀ ਜੋ ਇਹਨਾਂ ਤਿੰਨ ਚੀਜ਼ਾਂ ਨੂੰ ਦੇਖ ਕੇ ਤੁਹਾਨੂੰ ਵੀਜ਼ਾ ਦਿੰਦੀ ਆ ਜਾਂ ਵੀਜ਼ਾ ਰਿਫਿਊਜ਼ ਕਰਦੀ ਆ ਉਹ ਤਿੰਨ ਚੀਜ਼ਾਂ ਕੀ ਨੇ ਪਹਿਲਾਂ ਇਹਨਾਂ ਚੀਜ਼ਾਂ ਨੂੰ ਸਮਝ ਲੈਣਾ ਉਸ ਤੋਂ ਬਾਅਦ ਹੀ ਤੁਸੀਂ ਸਟਾਰਟ ਕਰਨਾ ਹੈ ਇਸ ਚੀਜ਼ ਬਾਰੇ ਸੋਚਣਾ ਕਿ ਤੁਹਾਡੀ ਰਿਫਿਊਜ਼ਲ ਕਿਉਂ ਆਈ ਪਹਿਲੀ ਚੀਜ਼ ਤੁਹਾਡੀ ਅਕਾਡੈਮਿਕ ਪ੍ਰੋਫਾਈਲ ਇਹਨੂੰ ਤੁਸੀਂ ਬਦਲ ਨਹੀਂ ਸਕਦੇ ਕਿਉਂ ਨਹੀਂ ਬਦਲ ਸਕਦੇ ਬਿਕੋਜ਼ ਅਗਰ ਤੁਸੀਂ 10th ਦੇ ਵਿੱਚ 70% ਨੰਬਰ ਲਏ ਆ ਪਲੱਸ 2 ਦੇ ਵਿੱਚ ਤੁਹਾਡੇ 80% ਨੰਬਰ ਆ 60% ਨੰਬਰ ਆ ਜੋ ਵੀ ਤੁਹਾਡੇ ਮਾਰਕਸ ਹੈਗੇ ਨੇ ਉਹ ਤੁਸੀਂ ਕਦੇ ਵੀ ਚੇਂਜ ਤਾਂ ਕਰ ਨਹੀਂ ਸਕਦੇ ਤਾਂ ਤੁਹਾਡੀ ਅਕੈਡੈਮਿਕ ਪ੍ਰੋਫਾਈਲ ਕਿੰਨੀ ਸਟਰੋਂਗ ਹੈ ਬੜਾ ਇੰਪੋਰਟੈਂਟ ਹੈ ਜਿਹੜੇ ਸਟੂਡੈਂਟਸ ਹਜੇ 8ਵੀਂ 9ਵੀਂ 10ਵੀਂ ਦੇ ਵਿੱਚ ਹੈਗੇ ਨੇ ਉਹਨਾਂ ਨੂੰ ਮੈਂ ਰਿਕੁਐਸਟ ਕਰੂੰਗਾ ਕਿ ਆਪਣੀ ਪੜ੍ਹਾਈ ਦੇ ਉੱਤੇ ਧਿਆਨ ਦਿੱਤਾ ਜਾਵੇ ਕਿ ਤੁਸੀਂ ਅਗਰ ਫੋਰਨ ਜਾ ਕੇ ਪੜ੍ਹਨਾ ਚਾਹੁੰਦੇ ਹੋ ਕੈਨੇਡਾ ਜਾ ਕੇ ਪੜ੍ਹਨਾ ਚਾਹੁੰਦੇ ਹੋ ਕਿਸੇ ਵੀ ਕੰਟਰੀ ਨੂੰ ਸਟੱਡੀ ਕਰਨਾ ਚਾਹੁੰਦੇ ਹੋ ਤੁਹਾਡੀ ਅਕੈਡੈਮਿਕ ਪ੍ਰੋਫਾਈਲ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਅਗਰ ਤੁਹਾਡੀ ਅਕੈਡੈਮਿਕ ਪ੍ਰੋਫਾਈਲ ਅੱਛੀ ਹੈ ਤੁਹਾਡਾ ਵੀਜ਼ਾ ਰਿਫਿਊਜ਼ ਹੋਣ ਦੇ ਚਾਂਸਸ ਘਟ ਜਾਂਦੇ ਦੂਸਰੀ ਚੀਜ਼ ਦੇ ਉੱਤੇ ਏਵੈਲੂਏਟ ਕਰਦੇ ਨੇ दैट इज ਆਇਲਸ ਇੰਗਲਿਸ਼ ਪ੍ਰੋਫੀਸ਼ੈਂਸੀ ਤੁਸੀਂ ਆਇਲਸ ਕੀਤੀ ਹੈ ਪੀਟੀ ਕੀਤੀ ਹੈ ਟੋਫਲ ਕੀਤੀ ਹੈ ਜੋ ਵੀ ਤੁਸੀਂ ਕੀਤਾ ਹੈ ਉਹਦੇ ਵਿੱਚ ਤੁਹਾਡੇ ਕਿੰਨੇ ਸਕੋਰਸ ਨੇ ਕੀ ਤੁਸੀਂ ਐਲੀਜੀਬਲ ਹੋ ਉਸ ਸਪੈਸੀਫਿਕ ਕੋਰਸ ਦੀ ਜਿਹੜਾ ਤੁਸੀਂ ਪੜਨ ਜਾ ਰਹੇ ਹੋ ਕੀ ਤੁਸੀਂ ਐਲੀਜੀਬਲ ਹੋ ਉਸ ਸਪੈਸੀਫਿਕ ਕੰਟਰੀ ਲਈ ਜਿਹਦੇ ਵਿੱਚ ਤੁਸੀਂ ਪੜਨ ਜਾ ਰਹੇ ਹੋ ਉਹਦੀ ਰਿਕੁਆਇਰਮੈਂਟ ਕੀ ਹੈ ਉਹਦੀ ਐਲੀਜੀਬਿਲਟੀ ਕੀ ਹੈ ਉਹ ਕਿੰਨੇ ਸਕੋਰਸ ਉੱਥੇ ਐਟਲੀਸਟ ਚਾਹੀਦੇ ਨੇ ਉਹ ਤੁਸੀਂ ਫੁੱਲਫਿਲ ਕਰਦੇ ਹੋ ਕਿ ਨਹੀਂ ਫੁੱਲਫਿਲ ਕਰਦੇ ਬੜਾ ਇੰਪੋਰਟੈਂਟ ਹੈ ਕੈਨੇਡਾ ਦੇ ਵਿੱਚ ਐਸ ਡੀ ਐਸ ਕੈਟੇਗਰੀ ਵਿੱਚ ਤੁਹਾਨੂੰ 6 ਈਚ ਸਕੋਰਸ ਹੋਣੇ ਲਾਜ਼ਮੀ ਨੇ ਅਗਰ ਤੁਹਾ ਕੱਟਨੇ ਤਾਂ ਇਹ ਵੀ ਇੱਕ ਬਹੁਤ ਵੱਡਾ ਕਾਰਨ ਹੋ ਸਕਦਾ ਤੁਹਾਡੀ ਰਿਫਿਊਜ਼ਲ ਦਾ ਤੀਸਰੀ ਤੇ ਸਭ ਤੋਂ ਇੰਪੋਰਟੈਂਟ ਚੀਜ਼ ਥੈਟ ਇਜ਼ ਕੋਰਸ ਸਿਲੈਕਸ਼ਨ ਹੁਣ ਪਹਿਲੀ ਚੀਜ਼ ਤੁਸੀਂ ਜੋ ਸਕੋਰ ਕਰ ਲਿਆ ਉਹ ਤੁਹਾਡਾ ਸਕੋਰ ਉਦਾਂ ਹੀ ਰਹਿਣਾ ਦੂਸਰੀ ਚੀਜ਼ ਜਿਹੜੀ ਤੁਹਾਡੀ ਜਿਵੇਂ ਤੁਸੀਂ ਆਇਲਸ ਦੇ ਸਕੋਰ ਲਏ ਉਹ ਉਦਾਂ ਰਹਿਣੇ ਆ ਸਭ ਤੋਂ ਇੰਪੋਰਟੈਂਟ ਚੀਜ਼ ਜਿੱਥੇ ਸਭ ਤੋਂ ਵੱਡੀ ਗਲਤੀ ਸਟੂਡੈਂਟਸ ਕਰਦੇ ਨੇ that is ਕੋਰਸ ਸਿਲੈਕਸ਼ਨ ਬੱਚੇ ਨੇ ਨਾਨ ਮੈਡੀਕਲ ਕੀਤੀ ਹੁੰਦੀ ਹੈ ਬੱਚਾ ਮੈਨੇਜਮੈਂਟ ਦਾ ਕੋਰਸ ਲੈ ਰਿਹਾ ਬੱਚੇ ਨੇ ਕਮਰਸ ਕੀਤੀ ਹੁੰਦੀ ਹੈ ਬੱਚਾ ਨਾਨ ਮੈਡੀਕਲ ਦਾ ਕੋਰਸ ਲੈ ਰਿਹਾ ਐਸੋਸੀਏਟ ਆਫ ਸਾਇੰਸ ਲੈ ਰਿਹਾ ਉਹਨੂੰ ਪਤਾ ਹੀ ਨਹੀਂ ਹੈ ਕਿਉਂ ਨਹੀਂ ਪਤਾ ਕਿਉਂਕਿ ਉਹ ਕਿਸੇ ਦੇ ਮੋਢੇ ਤੇ ਰੱਖ ਕੇ ਚਲਾਉਣਾ ਸਿੱਖ ਗਿਆ ਕਿਉਂਕਿ ਉਹ ਉਹਦੀ ਆਦਤ ਪੈ ਗਈ ਹੈ ਗੰਦੀ ਆਦਤ ਪੈ ਗਈ ਕਿ ਉਹਨੇ ਖੁਦ ਦਿਮਾਗ ਨੂੰ ਨਹੀਂ ਵਰਤਣਾ ਉਹਨੇ ਰਿਸਰਚ ਵਰਕ ਨਹੀਂ ਕਰਨਾ ਪਹਿਲਾਂ ਕੀ ਹੁੰਦਾ ਸੀ ਜਦੋਂ ਤੁਸੀਂ ਪਲੱਸ 2 ਕਰ ਲੈਂਦੇ ਸੀ ਤੁਸੀਂ ਕਿਸੇ ਕਾਲਜ ਯੂਨੀਵਰਸਿਟੀ 'ਚ ਐਡਮਿਸ਼ਨ ਲੈਂਦੇ ਸੀ ਤੁਸੀਂ ਖੁਦ ਸੋਚਦੇ ਸੀ ਕਿ ਮੈਂ ਪਲੱਸ 2 ਇਸ ਸਟਰੀਮ ਦੇ ਵਿੱਚ ਕੀਤੀ ਹੈ ਤੇ ਕਿਹੜੀ ਸਟਰੀਮ ਮੇਰੇ ਲਈ ਵਧੀਆ ਰਹੂਗੀ ਕਿਹੜੀ ਫੀਲਡ ਮੇਰੇ ਲਈ ਵਧੀਆ ਰਹੂਗੀ ਜਿਹਦੇ ਵਿੱਚ ਮੈਂ ਅੱਗੇ ਜਾ ਕੇ ਜ਼ਿੰਦਗੀ 'ਚ ਕਾਮਯਾਬ ਹੋਵਾਂਗਾ ਜਾਂ ਹੋਵਾਂਗੀ ਪਰ ਅੱਜ ਦੀ ਡੇਟ 'ਚ ਕੀ ਹੈ ਤੁਹਾਨੂੰ ਸਿਰਫ ਕੈਨੇਡਾ ਦੇਸ਼ ਦਿੰਦਾ ਤਾਂ ਨੂੰ ਵੀਜ਼ੇ ਦਾ ਇੱਕ ਸਟicker ਦਿੰਦਾ ਹੈ ਬਸ ਉਥੋਂ ਤੱਕ ਹੀ ਤੁਸੀਂ ਸੀਮਤ ਰੱਖਿਆ ਹੋਇਆ ਆਪਣੀ ਅ ਫਰਦਰ ਐਜੂਕੇਸ਼ਨ ਨੂੰ ਤੁਸੀਂ ਇਹ ਨਹੀਂ ਸੋਚਦੇ ਕਿ ਮੈਨੂੰ ਇਸ ਟੀਚੇ ਰਿਸਰਚ ਕਰਨੀ ਚਾਹੀਦੀ ਹੈ ਜੋ ਤੁਹਾਨੂੰ ਏਜੰਟ ਕਹਿੰਦਾ ਹੈ ਜੋ ਤੁਹਾਨੂੰ ਤੁਹਾਡਾ ਕੰਸਲਟੈਂਟ ਕਹਿੰਦਾ ਹੈ ਤੁਸੀਂ ਉਸ ਨੂੰ ਚੁੱਪ ਕਰਕੇ ਮੰਨ ਲੈਨੇ ਹੋ ਤੇ ਤੁਸੀਂ ਆਪਣਾ ਵੀਜ਼ਾ ਅਪਲਾਈ ਕਰ ਦਿੰਨੇ ਹੋ ਉਹ ਚ ਵੀਜ਼ਾ ਆਵੇ ਨਾ ਆਵੇ ਜੇ ਨਾ ਆਇਆ ਤੁਸੀਂ ਸਿਰ ਤੇ ਹੱਥ ਰੱਖ ਕੇ ਬੈਠ ਜਾਣਾ ਜੇ ਆ ਗਿਆ ਤੁਸੀਂ ਕਹਿੰਦੇ ਠੀਕ ਹੈ ਜੀ ਸਾਡਾ ਵੀਜ਼ਾ ਆ ਗਿਆ ਫਿਰ ਵੀ ਤੁਹਾਨੂੰ ਕੋਈ ਫਰਕ ਨਹੀਂ ਪੈਂਦਾ ਜੀ ਤੁਹਾਡਾ ਕੋਰਸ ਸਹੀ ਸੀ ਜਾਂ ਗਲਤ ਸੀ ਕোর্স ਸਿਲੇਕਸ਼ਨ ਇੱਕ ਐਹੋ ਜੀ ਚੀਜ਼ ਆ ਜਿਹੜੀ ਆਲਟਰ ਹੋ ਸਕਦੀ ਹੈ ਅਗਰ ਤੁਹਾਡੀ ਪਿੱਛੇ ਰਿਫਿਊਜ਼ਲ ਆਈ ਹੈ ਤੁਸੀਂ ਉਹਨੂੰ ਬਦਲ ਸਕਦੇ ਹੋ ਬਦਲ ਕੇ ਐਸਓਪੀ ਦੇ ਵਿੱਚ ਕਲੀਅਰਲੀ ਮੈਂਸ਼ਨ ਕਰਕੇ ਕਿ ਤੁਸੀਂ ਇਹ ਪਿਛਲਾ ਕੋਰਸ ਕਿਉਂ ਲਿਆ ਸੀ ਤੇ ਇਹ ਵਾਲਾ ਕੋਰਸ ਕਿਉਂ ਲੈ ਰਹੇ ਹੋ ਕਿਉਂ ਤੁਸੀਂ ਇਸ ਕੋਰਸ ਨੂੰ ਚੂਜ਼ ਕਰ ਰਹੇ ਹੋ ਕਿਉਂ ਇੰਪਰੂਵਮੈਂਟਸ ਕਰ ਰਹੇ ਹੋ ਕਿਉਂ ਆਲਟਰ ਕਰ ਰਹੇ ਹੋ ਆਪਣੇ ਕੋਰਸ ਨੂੰ ਇਹਨੂੰ ਮੈਂਸ਼ਨ ਕਰੋ ਐਸਓਪੀ ਦੇ ਵਿੱਚ ਕਲੀਅਰਲੀ ਦੱਸੋ ਕਿ ਤੁਸੀਂ ਕੋਰਸ ਪਹਿਲਾਂ ਗਲਤ ਲਿਆ ਸੀ ਉਹਦੇ ਬਾਰੇ ਗੱਲ ਕਰੋ ਜਾਂ ਤੁਸੀਂ ਹੁਣ ਜਿਹੜਾ ਕੋਰਸ ਲੈ ਰਹੇ ਹੋ ਕਿਵੇਂ ਤੁਹਾਡੀ ਪ੍ਰੀਵੀਅਸ ਐਜੂਕੇਸ਼ਨ ਦੇ ਨਾਲ ਉਹ ਰੈਲੇਵੈਂਟ ਹੈ ਕਿਵੇਂ ਤੁਹਾਨੂੰ ਇਹ ਕੋਰਸ ਪੜ੍ਹ ਕੇ ਫਾਇਦਾ ਤੇ ਜਿੰਦਗੀ ਦੇ ਵਿੱਚ ਫਾਇਦਾ ਮਿਲੂਗਾ ਤੁਹਾਡਾ ਕਰੀਅਰ ਕਿੱਦਾਂ ਬਣੂਗਾ ਕਿੱਦਾਂ ਤੁਸੀਂ ਇੰਡੀਆ ਵਾਪਸ ਆ ਕੇ ਇਸ ਕੋਰਸ ਨੂੰ ਪੜ੍ਹ ਕੇ ਕਿੱਦਾਂ ਇੰਡੀਆ ਆ ਕੇ ਤੁਸੀਂ ਆਪਣਾ ਕਰੀਅਰ ਬਣਾ ਸਕਦੇ ਇਹਨਾਂ ਚੀਜ਼ਾਂ ਦਾ ਮੈਂਸ਼ਨ ਕਰਨਾ ਬੜਾ ਜ਼ਰੂਰੀ ਹੈ ਐਸਓਪੀ ਦੇ ਵਿੱਚ ਕਿਉਂਕਿ ਐਸਓਪੀ ਕੀ ਹੈ ਉਹ ਜਾਂ ਮਾਧਿਅਮ ਹੈ ਜਿਹਦੇ ਵਿੱਚ ਤੁਸੀਂ ਆਪਣੇ ਐਮਬੈਸੀ ਆਫੀਸਰ ਨਾਲ ਕਮਿਊਨੀਕੇਟ ਕਰਦੇ ਹੋ ਗੱਲਬਾਤ ਕਰਦੇ ਹੋ ਕਿਉਂਕਿ ਇੰਟਰਵਿਊ ਤਾਂ ਤੁਸੀਂ ਕੈਨੇਡਾ ਦੇ ਵਿੱਚ ਦੇਣੀ ਨਹੀਂ ਤੁਹਾਨੂੰ ਤੁਹਾਡੇ ਕੋਲ ਹੋਰ ਕੋਈ ਤਰੀਕਾ ਨਹੀਂ ਆਪਣੇ ਆਪ ਨੂੰ ਜਸਟੀਫਾਈ ਕਰਨ ਦਾ ਐਸਓਪੀ ਤੋਂ ਬਿਨਾ ਤਾਂ ਤੁਸੀਂ ਐਸਓਪੀ ਲਿਖੋ ਵਧੀਆ ਲਿਖੋ ਅਗਰ ਸਾਡੀ ਤੁਹਾਨੂੰ ਹੈਲਪ ਚਾਹੀਦੀ ਹੈ ਐਸਓ ਕਰੋ ਤੇ ਆਪਾਂ ਇਦਾਂ ਹੀ ਤੁਹਾਡੇ ਨਾਲ ਵੀਡੀਓਜ਼ ਦੇ ਵਿੱਚ ਬਣੇ ਰਵਾਂਗੇ ਬਹੁਤ ਬਹੁਤ ਧੰਨਵਾਦ ਅੱਜ ਦੀ ਵੀਡੀਓ ਦੇਖਣ ਲਈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਦਿਆ ਕਰੋ ਕਿਉਂਕਿ ਅਸੀਂ ਤੁਹਾਡੇ ਲਈ ਹੋਰ ਜਿਆ ਹੈਲਪਫੁਲ ਵੀਡੀਓਜ਼ ਇਮੀਗ੍ਰੇਸ਼ਨ ਦੇ ਉੱਪਰ ਆਲਸੋ ਉੱਪਰ ਲੈ ਕੇ ਆਉਣੇ ਹਾਂ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਸਸ਼ਿਕਾ